जी सानू चैनल तो पता लगा अपना सुखचैन सिंह डीजीपी जेडे उन्होंने कहा कि गिरफ्तार हो चुका है ते कथु नंगल तो उन्होंने कहा गिरफ्तारी हुई है ਉਹਨਾਂ ਦੀ ਖਬਰ ਤੋਂ ਸਾਨੂੰ ਪਤਾ ਲੱਗਾ ਕਿ ਉਹ ਗ੍ਰਿਫਤਾਰ ਹੋ ਗਿਆ। ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇ ਤੁਹਾਨੂੰ ਕਦੋਂ ਲਾਸਟ ਕਦੋਂ ਮਿਲੇ ਸੀਗੇ ਘਰ ਕਦੋਂ ਆਏ ਸੀਗੇ? ਸਾਨੂੰ ਤੇ ਜੀ ਮਹੀਨਾ ਹੀ ਹੋ ਚੱਲਿਆ ਜੇ ਹਿਸਾਬ ਨਾਲ ਘਰ ਆਇਆ ਨੂੰ ਜਦੋਂ ਇਹਨਾਂ ਨੇ ਅਜਨਾਲੇ ਵਾਲਾ ਕੇਸ ਪਾਤਾ ਨਾ ਕਿ ਜਦੋਂ ਇੱਕ ਮੁੰਡੇ ਨੂੰ ਆਪਣੀ ਚਪੇੜਾਂ ਮਾਰੀਆਂ ਉਸੇ ਦਿਨ ਤੋਂ ਹੀ ਸਾਡੇ ਪੁਲਿਸ ਆਉਣੀ ਸ਼ੁਰੂ ਹੋ ਗਈ। ਉਸ ਤੋਂ ਬਾਅਦ ਉਹ ਇੱਕ ਅੱਧੀ ਦਰੀ ਘਰ 'ਚ ਆਇਆ ਉਸ ਤੋਂ ਬਾਅਦ ਉਹ ਘਰ ਨਹੀਂ ਆਇਆ। ਜਿਹੜੀ ਖਬਰ ਲੱਗੀ ਹੈ ਇੱਥੇ ਕੀ ਪਤਾ ਲੱਗਾ ਤੁਹਾਨੂੰ? ਬਸ ਇਹ ਪਤਾ ਲੱਗਾ ਇਹਨੂੰ ਗ੍ਰਿਫਤਾਰ ਕਰ ਲਿਆ ਹੈ। ਤੁਹਾਡੀ ਆਖਰੀ ਵਾਰ ਗੱਲਬਾਤ ਕਦੋਂ ਹੋਈ ਸੀ ਉਹਨਾਂ ਨਾਲ? ਗੱਲ ਸਾਡੀ ਹੋਈ ਆ 18 ਤਰੀਕ ਮੈਸੇਜ ਹੋਇਆ ਸੀ ਉਹਦਾ ਫੋਨ ਆਇਆ ਅਸੀਂ ਮੈਸੇਜ ਕੀਤਾ ਘਰ ਦੇ ਬਾਰੇ ਕੋਈ ਕੀ ਮਤਲਬ ਘਰ ਦੀ ਜਿਵੇਂ ਕੋਈ ਗੱਲ ਦੱਸੀ ਸੀ ਤੇ ਉਹਨੇ ਉਹ ਕਿ ਮੈਂ ਸੋਚਿਆ ਕਿ ਮੰਡੇ ਤੋਂ ਆਏਗਾ ਤੇ ਉਹਨੇ ਕਿਹਾ ਵੀ ਨਹੀਂ ਮੈਂ ਨਹੀਂ ਆ ਸਕਦਾ ਤੇ ਫਿਰ ਉਸ ਤੋਂ ਬਾਅਦ ਉਹਨੇ ਫੋਨ ਕੀਤਾ ਪਤਾ ਨਹੀਂ ਉਹਨੇ ਕੀ ਕਹਿਣਾ ਸੀ ਤੇ ਉਸ ਤੋਂ ਬਾਅਦ ਮੇਰੀ ਗੱਲ ਨਹੀਂ ਹੋਈ ਨਾ ਮੈਂ ਫੋਨ ਚੁੱਕ ਸਕੀ ਉਹਦਾ ਤੇ ਮੁੜ ਕੇ ਆ ਹੋ ਗਿਆ ਕਿ ਐਕਸ਼ਨ ਹੋ ਗਿਆ ਅਮਰਤਪਾਲ ਤੇ ਐਕਸ਼ਨ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ। ਅਮਰਤਪਾਲ ਦਾ ਕਦੀ ਜ਼ਿਕਰ ਕੀਤਾ ਸੀ ਪਪਲਾਣਾ ਨੇ ਤੁਹਾਡੇ ਨਾਲ? ਹਾਂਜੀ ਹਾਂਜੀ ਉੱਥੇ ਜਾਂਦਾ ਆ ਆਉਂਦਾ ਸੀ। ਹਾਂਜੀ ਕੀ ਜ਼ਿੰਮੇਵਾਰੀ ਕੀ ਮਿਲੀ ਸੀਗੀ ਵਾਰਸ ਪੰਜਾਬ ਦੀ ਜਿਹੜੀ ਜਥੇਬੰਦੀ ਸੀਗੀ ਕਿਹਾ ਇਹ ਜਾ ਰਿਹਾ ਕਿ ਉਹਨਾਂ ਨੂੰ ਮੀਡੀਆ ਦੀ ਜਿਹੜੇ ਐਡਵਾਈਜ਼ਰ ਲਗਾਇਆ ਗਿਆ ਸੀ ਉਹ ਮੀਡੀਆ ਸਾਰਾ ਸੰਭਾਲਦੇ ਸੀਗੇ? ਹਾਂਜੀ ਇਹ ਬਸ ਇੰਟਰਵਿਊ ਵਗੈਰਾ ਜਿਹੜੇ ਜੇ ਕਰਦੇ ਸੀ ਨਾ ਉਹ ਇਹਦੀ ਸਲਾਹ ਇਹ ਦੱਸਦਾ ਸੀ ਕਿ ਕਿਹਦੇ ਨਾਲ ਇੰਟਰਵਿਊ ਕਰਨੀ ਆ ਤੇ ਕਿਹਦੇ ਨਾਲ ਨਹੀਂ ਕਰਨੀ। ਪੜ੍ਹੇ ਲਿਖੇ ਕਿੰਨੇ ਨੇ? ਇਹਨੇ ਜੀ ਪਲੱਸ 2 ਤੋਂ ਬਾਅਦ ਕੀਤਾ ਵਾ ਸਿਪਟ ਕਾਲਜ ਤੋਂ ਡਿਪਲੋਮਾ ਕੀਤਾ ਜੀ। ਹਾਂਜੀ ਤਾਂ ਹੋਰ ਕੀ ਕੰਮ ਕਰਦੇ ਸੀ ਪੱਪਲਪ੍ਰੀਤ ਇਸ ਤੋਂ ਇਲਾਵਾ? ਹੋਰ ਇੱਕ ਪੱਤਰਕਾਰ ਸਿੱਖ ਪੱਤਰਕਾਰ ਸੀ ਹਜੀ। ਹਾਂਜੀ ਬਾਕੀ ਪਿੰਡ ਵਿੱਚ ਇੱਕ ਮੈਂਬਰ ਵੀ ਆ ਸਾਡੇ ਪਿੰਡ ਦਾ ਪੰਚਾਇਤ ਮੈਂਬਰ ਵੀ ਆ ਜੀ। ਹਾਂਜੀ ਬਾਕੀ ਹੋਰ ਗਰੀਬ ਬੱਚਿਆਂ ਨੂੰ ਪੜਾਉਣਾ ਗਰੀਬਾਂ ਦੀ ਹੈਲਪ ਲਈ ਕਿਸੇ ਦਾ ਘਰ ਬਣਾਉਣਾ ਇਦਾਂ ਦੇ ਕੰਮ ਫ੍ਰੀ ਜਿਵੇਂ ਇਲਾਜ ਜਿਹੜਾ ਹੈਗਾ ਆਪਣਾ ਸੰਸਥਾ ਵੀ ਬਣਾਈ ਸੀ ਅਕਾਲ ਸਮਾਜ ਸੇਵੀ ਸੰਸਥਾ ਵੀ ਬਣਾਈ ਸੀਗੀ ਕੋਈ ਜਿੱਦਾਂ ਇੱਕ ਹੈਗਾ ਜਿਵੇਂ ਸੰਗੀਤ ਅਕੈਡਮੀ ਹੈ ਨਾ ਜੀ ਜੀ ਹਾਂਜੀ ਉਹ ਸਾਡੇ ਪਿੰਡ 'ਚ ਚੱਲ ਰਹੀ ਆ ਜਿੱਥੇ ਬੱਚਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਸਾਜ਼ ਦੀ ਸਿਖਲਾਈ ਦਿੱਤੀ ਜਾਂਦੀ ਆ ਤੰਤੀ ਸਾਜ਼। ਹਾਂਜੀ ਗ੍ਰਿਫਤਾਰੀ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਸਰਕਾਰ ਕੋ ਅਪੀਲ ਕਰਨਾ ਚਾਹੁੰਦੇ ਹੋ? ਵੇਖੋ ਜੀ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਕਿ ਸਾਨੂੰ ਪਤਾ ਕਿ ਸਾਡੇ ਬੱਚੇ 'ਚ ਕੋਈ ਕਸੂਰ ਨਹੀਂ ਗਾ ਕੋਈ ਉਹ ਗਲਤ ਨਹੀਂ ਗਾ ਨਾ ਉਹਨਾਂ ਨੇ ਕੋਈ ਹਥਿਆਰ ਚੁੱਕਿਆ ਨਾ ਉਹਨਾਂ ਨੇ ਕੋਈ ਗਲਤ ਕੀਤਾ ਆ ਸਾਡੀ ਨਜ਼ਰ 'ਚ ਨਾ ਉਹਨੇ ਕੀਤਾ ਗਲਤ ਤੇ ਅੰਮ੍ਰਿਤਪਾਲ ਵੀ ਮੈਂ ਕਹੂੰ ਕੁਛ ਗਲਤ ਨਹੀਂ ਕੀਤਾ ਅੰਮ੍ਰਿਤ ਛਕਾ ਰਿਹਾ ਸੀ ਤੇ ਲੋਕਾਂ ਨੂੰ ਸਿੱਧੇ ਰਾਹ ਪਾ ਰਿਹਾ ਸੀ ਤੇ ਅਸੀਂ ਹੁਣ ਇਹੋ ਕਹਾਂਗੇ ਕਿ ਸਾਡੇ ਬੱਚੇ ਨੂੰ ਕੋਈ ਨੁਕਸਾਨ ਨਾ ਹੋਵੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਬੱਚੇ ਦੇ ਉੱਤੇ ਕੋਈ ਤਸ਼ੱਦਦ ਕਿਸੇ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਅਗਰ ਹੁੰਦਾ ਆ ਤੇ ਸਰਕਾਰ ਖੁਦ ਜ਼ਿੰਮੇਵਾਰ ਹੋਗੀ। ਕੀ ਪਰਿਵਾਰ ਨਾਲ ਹੈ? ਬਿਲਕੁਲ ਜੀ ਅਸੀਂ ਪੂਰਾ ਪਰਿਵਾਰ ਅਸੀਂ ਨਾਲ ਆ ਉਹਦੇ ਕਿਉਂਕਿ ਇੱਕ ਲਾਇਕ ਬੱਚਾ ਮੇਰਾ ਉਹ। ਹਾਂਜੀ ਤੇ ਦੂਸਰਾ ਇੱਕ ਕਿਹਾ ਕਿ ਕੱਥੂ ਨੰਗਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ? ਹਾਂਜੀ ਇਹ ਤੇ ਹੁਣ ਇਹਨਾਂ ਦੇ ਕਹਿਣ ਤੇ ਆ ਜੀ ਕੱਥੂ ਨੰਗਲ ਤੇ ਬਿਲਕੁਲ ਸਾਡੇ ਲਾਗੇ ਆ। ਕੋਈ ਰਿਸ਼ਤੇਦਾਰੀ ਹੈਗੀ? ਨਹੀਂ ਜੀ ਨਹੀਂ ਕੋਈ ਸਾਡੀ ਕੱਥੂ ਨੰਗਲ ਰਿਸ਼ਤੇਦਾਰੀ ਨਹੀਂ। ਹਾਂਜੀ ਕੋਈ ਸਾਡੀ ਰਿਸ਼ਤੇਦਾਰੀ ਨਹੀਂ ਤੇ ਫੜਿਆ ਗਿਆ ਵਾ ਕਿ ਆਤਮ ਸਮਰਪਣ ਕੀਤਾ ਕਿ ਇਸ ਦੀ ਖਬਰ? ਇਹ ਕੁਛ ਨਹੀਂ ਜੀ ਸਾਨੂੰ ਤੁਹਾਡੇ ਸਾਹਮਣੇ ਹੁਣ ਹੀ ਪਤਾ ਲੱਗਾ ਜੇ ਕਿ ਖਬਰਾਂ ਤੋਂ ਪਤਾ ਲੱਗਾ ਕਿ ਧੰਮੇ ਫਲਾਏ ਜਾ ਰਹੇ ਕਿ ਕੋਈ ਫੋਰਸ ਤਿਆਰ ਕੀਤੀ ਜਾ ਰਹੀ ਸੀ? ਨਹੀਂ ਜੀ ਨਹੀਂ ਕੋਈ ਫੋਰਸ ਨਹੀਂ ਫੋਰਸਾਂ ਤੇ ਜਿੰਨੀਆਂ ਮਰਜ਼ੀ ਕਹੀ ਜਾਣ ਜੀ ਅੰਮ੍ਰਿਤ ਛਕਣ ਵਾਲਿਆਂ ਨੇ ਫੋਰਸ ਬਣਾਈ ਜਾ ਰਹੇ ਆ ਕੋਈ ਅੰਮ੍ਰਿਤ ਛਕ ਲੈਂਦਾ ਜੀ ਅੰਮ੍ਰਿਤ ਵਾਲਿਆਂ ਦੀ ਫੋਰਸ ਬਣ ਗਈ। ਪਰ ਇਦਾਂ ਕਿਹਾ ਜਾ ਰਿਹਾ ਕਿ ਜਦੋਂ ਫਰਾਰੀ ਹੁੰਦੀ ਜਦੋਂ ਭੱਜਦੇ ਆ ਤੇ ਉਸ ਤੋਂ ਬਾਅਦ ਸਾਰਾ ਜਿਹੜਾ ਏਰੀਆ ਜਿਹੜਾ ਸੀ ਉਹ ਅੰਮ੍ਰਿਤਪਾਲ ਹਣਾ ਦੇ ਨਾਲ ਪੱਪਲਪ੍ਰੀਤ ਨੇ ਹੀ ਆਪਣਾ ਸਾਰਾ ਯੂਜ਼ ਕੀਤਾ। ਵੇਖੋ ਜੀ ਜਦੋਂ ਬੰਦਾ ਕੋਈ ਪੁਲਿਸ ਪਿੱਛੇ ਪੈਂਦੀ ਦੌੜਦਾ ਹੈ ਨਾ ਉਹਨੂੰ ਜਿੱਧਰ ਨੂੰ ਰਾਹ ਮਿਲੇ ਜਿੱਥੇ ਕੋਈ ਰਿਸ਼ਤੇਦਾਰ ਮਿਲੇ ਉਹ ਤੇ ਫਿਰ ਉਧਰ ਨੂੰ ਹੀ ਜਾਊਗਾ ਕੋਈ ਥੋੜੀ ਬਹੁਤੀ ਸਾਂਝ ਵਾਲਾ ਉੱਥੇ ਰਾਤ ਕੱਟੂਗਾ ਕੁਛ ਵੀ ਹੈ ਨਾ ਪਰ ਇਹਨਾਂ ਨੇ ਇਹ ਵੀ ਕਿੰਨਾ ਗਲਤ ਕੀਤਾ ਕਿ ਕੁਆਰੀਆਂ ਲੜਕੀਆਂ ਵਾ ਜੇ ਉਹਨੇ ਭੈਣਾਂ ਦੇ ਤੌਰ ਤੇ ਉਹਨਾਂ ਕੋਲ 10 ਮਿੰਟ ਬਹਿ ਵੀ ਗਏ ਆ ਇਹਨਾਂ ਨੇ ਉਹਨਾਂ ਤੇ ਕੇਸ ਕਰਕੇ ਉਹਨਾਂ ਕੁਆਰੀਆਂ ਕੁੜੀਆਂ ਨੂੰ ਜੇਲ੍ਹ 'ਚ ਸੁੱਟਿਆ ਕੀ ਸਾਡਾ ਕੋਈ ਇਨਸਾਫ ਆ ਕੀ ਉਹਨਾਂ ਬੱਚੀਆਂ ਦਾ ਕੱਲ੍ਹ ਨੂੰ ਰਿਸ਼ਤੇ ਨਹੀਂ ਹੋਣੇ ਬੇਸ਼ੱਕ ਇਹ ਕੌਮ ਦਾ ਕੰਮ ਆ ਪਰ ਫਿਰ ਵੀ ਇਹ ਬਹੁਤ ਗਲਤ ਆ ਕੰਮ ਕੀਤਾ ਇਹਨਾਂ ਨੇ। ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਹੈ ਪੱਪਲ ਹੋਣਾ ਦੇ ਬੱਚੇ ਕਿੰਨੇ ਨੇ? ਹਾਂਜੀ ਉਹਦਾ ਇੱਕੋ ਬੇਟਾ ਜੀ ਤੇ ਇਹ ਆਪ ਇਕੱਲਾ ਜੇ ਤੇ ਇੱਕ ਸਿਸਟਰ ਆ ਉਹ ਆਸਟ੍ਰੇਲੀਆ 'ਚ ਆ ਤੇ ਅਸੀਂ ਮਾਂ ਬਾਪ ਤੇ ਇਹ ਵਾਈ। ਹਾਂਜੀ ਹਾਂਜੀ ਹੋਰ ਮੈਂ ਇੱਕ ਹੋਰ ਕਹਿਣਾ ਚਾਹੁੰਦੀ ਹਾਂ ਕਿ ਜਿੱਦਾਂ ਕੁਝ ਸਰਕਾਰ ਨੂੰ ਕਰਨਾ ਚਾਹੁੰਦੇ ਹੋ ਕੁਝ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਇੱਕ ਐਨਆਰਆਈ ਨੂੰ ਲੈ ਕੇ ਵੀ ਇੱਕ ਫੰਡਿੰਗ ਨੂੰ ਲੈ ਕੇ ਬੜਾ ਰੌਲਾ ਹੈਗਾ ਕਿ ਬਾਹਰੋਂ ਜਿਹੜੀ ਫੰਡਿੰਗ ਹੈ ਉਹ ਅੰਮ੍ਰਿਤਪਾਲ ਨੂੰ ਹੁੰਦੀ ਸੀਗੀ ਪੱਪਲ ਹੋਣਾ ਨੂੰ ਹੁੰਦੀ ਸੀਗੀ ਕੁਝ ਅਜਿਹਾ ਫੰਡਿੰਗ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਵੇਖੋ ਜੀ ਕੋਈ ਫੰਡਿੰਗ ਨਹੀਂ ਹੈ ਤੇ ਇਹਨਾਂ ਦੀਆਂ ਗੱਲਾਂ ਨੇ ਜਿੰਨੀਆਂ ਮਰਜ਼ੀ ਬਣਾਈ ਜਾਣ। ਹਾਂਜੀ ਤੇ ਮੈਂ ਆਪਣੇ ਵੱਲੋਂ ਇਹ ਕਹਿਣਾ ਚਾਹੁੰਦੀ ਕਿ ਹੁਣ ਜਿਵੇਂ ਸਾਡੇ ਤੇ ਆ ਕੋਈ ਕੰਮ ਬਣਿਆ ਆ ਤੇ ਲੋਕ ਬਾਹਰ ਵਾਲਿਆਂ ਨੂੰ ਮੈਂ ਅਪੀਲ ਕਰੂੰਗੀ ਕਿ ਸਾਡੇ ਨਾਂ ਤੇ ਕਿਤੇ ਐਵੇਂ ਨਾ ਕੋਈ ਹੋਰ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਗੀ ਸਾਨੂੰ ਸਿਰਫ ਲੋਕਾਂ ਦੀ ਇਸ ਵੇਲੇ ਅਰਦਾਸਾਂ ਦੀ ਜ਼ਰੂਰਤ ਆ ਤੇ ਸਾਡੇ ਬੱਚੇ ਲਈ ਅਰਦਾਸ ਕਰੋ ਸਾਨੂੰ ਕੁਛ ਨਹੀਂ ਚਾਹੀਦਾ ਤੇ ਬਸ ਇਹੋ ਕਿ ਕੋਈ ਹੋਰ ਨਾ ਸਾਡੇ ਨਾਂ ਤੇ ਕੋਈ ਨਾ ਸਾਡੇ ਨਾਂ ਤੇ ਕੋਈ ਨਾ ਕੋਈ ਗਲਤ ਨਾ ਕੋਈ ਵਰਤੋਂ ਕਰੇ। ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਹੋ ਜੀ? ਹਾਂਜੀ ਰਾਜਵਿੰਦਰ ਕੌਰ ਕੀ ਕਹਿਣਾ ਚਾਹੁੰਦੇ ਹੋ ਜੀ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਵਾਈਫ ਹੋ ਜੀ? ਹਾਂਜੀ ਮੈਂ ਵਾਈਫ ਹਾਂ। ਹਾਂਜੀ ਕੀ
मैं तो बस यही कहना चाहूंगी, वह बहुत चंगे इंसान आ, उन्होंने इस तरह की कोई गल नहीं, पत्रकारी के तौर पर विचरते ही, पत्रकारी तो इलावा वह कोई नहीं कोई जिस तरह करते, जो अमृतपाल के नाल भी रेंदे ही एक पत्रकारी के तौर पर जाते ही इंटरव्यू कराते ही सारा कुछ करते ही, वह सिर्फ एक साफ सुथरा ही उन्होंने अक्स वो एवं खराब कर रहे हैं कि ये फंडिंग आ रही थी जां कुछ इस तरह का कोई रोल नहीं उन्होंने, ना कभी कोई हथियार की गल की आ ना ही उन्होंने कोई इस तरह की कोई गल की। पर जी पिछे भी तुहाडे बारे इस तरह खबर आई थी कि तुसी चढ़ गए, कि ओ दी की सच्चाई है? हां जी की आई थी, जेडी फोटो वायरल हुई थी पिछे के बेटे नु भी गलबात की थी कि डिस्प्यूट चल रहा है परिवार दे विच, इस तरह की कोई गल सामने आई थी तुसी? वेखो जी इस तरह की पुलिस जिवें वार वार आ रही थी परेशान कर रही थी ते उदे करके असी आप खुद घरों गए सी, ते जिवें कि जिवें जां सिख संगतां वल्लों आ जां किसे वल्लों वी आ ओह उन्हां नूं लग्गिया कि हो सकदा ये उठा ले गए आ, ते पर इस तरह की कोई गल नहीं सी। ते बाकी जो जो जिवें रिश्तेदारां कोल जा रहे सी पुलिस वाले वार वार जांदे आ उन्हां नूं परेशान करदे, दो दिन मेरे भरा नूं भी रख्या उन्होंने, मामा जी होणां नूं लैके जांदे रहे आ परेशान करदे, अज भी डैडी सवेर दे थाने च बैठे, उन्हां दी गिरफ्तारी हो चुकी, उन्हां नूं कोई पता नहीं उन्हां नूं थाने च बलिया आई। मैं तो सरकार नूं यही अपील करना चाहनी हां कि जो सही आ ओह तुसीं करो, नजायज कुछ ना करो, ये NSA ला देना जां कुछ एवें, जदों कोई गुरु घर किते जांदा गुरु घर दे जांदा वा जदों कोई ओहदे ते केस नहीं पाए जांदे, रोटी जे कोई खांदा ना गुरु घरों ते केस नहीं पाए जांदे, गुरु घर दी ते ये रीत आ वी गुरु घर रोटी खा सकदा है कोई, ਨਹੀਂ ਹੈਗੇ ਸੀ ਉਹ ਸ਼ਾਮ ਦੇ ਰਹਿ ਰਾਜ ਸਾਹਿਬ ਦਾ ਜਦੋਂ ਟਾਈਮ ਹੋਇਆ ਉਸ ਟਾਈਮ ਤੇ ਉੱਥੇ ਗਏ ਸੀ, ਉਹ ਬਕਾਇਦਾ ਮੈਂ ਤੁਹਾਨੂੰ ਮੈਸੇਜ, ਉਹ ਵੀ ਉਹਨਾਂ ਨੇ ਉਹ ਵੀ ਉਹਨਾਂ ਦੇ ਅੰਮ੍ਰਿਤਪਾਲ ਹੋਣਾ ਕੇ ਚਾਚਾ ਜੀ ਨੇ ਆਖਿਆ ਸੀ ਕਿ ਤੁਸੀਂ ਆਓ ਤੁਹਾਡੀ ਲੋੜ ਆ, ਤੇ ਇਸ ਕਰਕੇ ਉਦੋਂ ਗਏ ਸੀ, ਉਸ ਟਾਈਮ ਤੇ ਉੱਥੇ ਨਹੀਂ ਹੈਗੇ ਸੀ, ਇਹ ਨਜਾਇਜ਼ ਆ, ਜੇ ਉਹ ਇਹਨਾਂ ਨੂੰ ਲੱਗਦਾ ਕਿ ਉਹ ਇੱਥੇ ਹੈਗੇ ਹੋਏ ਸਬੂਤ ਦੇਣ ਕਿ ਉੱਥੇ ਹੈਗੇ ਆ, ਤੁਸੀਂ ਸਬੂਤ ਰੱਖੋਗੇ ਪੁਲਿਸ ਦੇ ਅੱਗੇ ਇਹੀ ਸਾਰੇ ਜਿਹੜੇ ਹੈਗੇ ਆ ਕਿ ਪੱਪਲਪ੍ਰੀਤ ਹੋਰੀ? ਹਾਂਜੀ ਮੰਮੀ ਜੀ ਤੇ ਉਹਨਾਂ ਦੇ ਫੋਨ ਤੇ ਵੌਇਸ ਮੈਸੇਜ ਆਏ ਸੀ ਕਿ ਮੈਂ ਅਜਨਾਲੇ ਨਹੀਂ ਜਾਣਾ, ਮੈਂ ਉੱਥੇ ਨਹੀਂ ਹੈਗਾ। 3:24 ਤੇ ਮੈਨੂੰ ਮੈਸੇਜ ਆਇਆ ਜਦੋਂ ਕਿ ਇਹ ਘਟਨਾ ਜਿਹੜੀ ਆ ਮੇਰੇ ਨਾਲ 1 ਤੱਕ ਹੋ ਚੁੱਕੀ ਸੀਗੀ, ਇਹ ਮੁੜ ਕੇ 5-6 ਗਿਆ ਜਦੋਂ ਮਤਲਬ ਹਾਂ ਰਹਿਣ ਵਾਸਤੇ, ਬਸ ਜਦੋਂ ਲਿਖਤ ਪੜ੍ਹਤ ਕੋਈ ਹੋਈ ਉਦੋਂ ਹੀ ਉੱਥੇ ਹੈਗਾ ਸੀਗਾ। ਨਹੀਂ ਮੈਂ ਆ ਸਕਦਾ, ਮੈਂ ਅੱਜ ਅਜਨਾਲੇ ਨੀ ਜਾਣਾ, ਅਜਨਾਲੇ ਨੀ ਜਾਣਾ, ਮੈਂ ਅੰਮ੍ਰਿਤਸਰ ਆ। ਆਖਰੀ ਸੀ ਗੱਲ ਕੀ ਅਪੀਲ ਕੀ ਹੈ ਤੁਹਾਡੀ? ਬਸ ਇਹੋ ਹੀ ਆ ਕਿ ਬਸ ਸਾਡੇ ਬੱਚੇ ਨੂੰ ਕੋਈ ਨੁਕਸਾਨ ਨਾ ਕੀਤਾ ਜਾਵੇ, ਕਿਸੇ ਤਰ੍ਹਾਂ ਦਾ ਕੋਈ ਤਸ਼ੱਦਦ ਨਾ ਟਾਇਆ ਜਾਵੇ, ਕਿਉਂਕਿ ਤਸ਼ੱਦਦ ਵਾਲਾ ਉਹਨਾਂ ਕੋਈ ਕੰਮ ਕੀਤਾ ਨਹੀਂ, ਬਸ ਇਹੋ ਪ੍ਰਸ਼ਾਸਨ ਨੂੰ ਬੇਨਤੀ ਆ। ਲੋਕ ਭਲਾਈ ਕਰਦੇ ਸੀ, ਲੋਕ ਭਲਾਈ ਕਰਦੇ ਸੀ ਬੱਚਿਆਂ ਦੀਆਂ ਫੀਸਾਂ, ਜੋ ਗਰੀਬ ਬੱਚੇ ਆ ਉਹਨਾਂ ਦੀਆਂ ਤਾਰੀਆਂ ਜਾਂਦੀਆਂ ਸੀ, ਦਾਨੀ ਸੱਜਣਾਂ ਵੱਲੋਂ ਸਿੱਧਾ ਹੀ ਸੰਪਰਕ ਹੁੰਦਾ ਸੀ ਕਾਲਜ ਦੇ ਨਾਲ, ਜਿਵੇਂ ਚਵਿੰਡਾ ਦੇਵੀ ਦੇ ਵਿੱਚ 13 ਬੱਚੇ ਜਿਹੜੇ ਆ ਪੜ੍ਹ ਰਹੇ ਆ ਉਹਨਾਂ ਦਾ ਸਿੱਧਾ ਸੰਪਰਕ ਪ੍ਰਿੰਸੀਪਲ ਕੋਲ ਤੁਸੀਂ ਲੈ ਸਕਦੇ ਆ, ਇਹ ਬਾਬਾ ਨਾਮ ਦੇ ਪਬਲਿਕ ਸਕੂਲ ਦੇ ਵਿੱਚ ਇੱਥੋਂ ਪ੍ਰਿੰਸੀਪਲ ਤੋਂ ਤੁਸੀਂ ਪਤਾ ਕਰ ਸਕਦੇ ਕਿ ਸਿੱਧਾ ਸੰਪਰਕ ਹੁੰਦਾ ਸੀ, ਤੇ ਉਹ ਸਿੱਧੀ ਉਹ ਸੇਵਾ ਕਰਵਾਉਂਦੇ ਸੀ, ਉਹਨਾਂ ਬੱਚਿਆਂ ਦਾ ਭਵਿੱਖ ਜੋ ਆ ਉਹ ਖਤਰੇ ਦੇ ਵਿੱਚ ਆ, ਤੇ ਜੋ ਸਾਨੂੰ ਇਹ ਲੱਗ ਰਿਹਾ ਕਿ ਅੰਮ੍ਰਿਤਪਾਲ ਦੇ ਨਾਲ ਜੁੜਨ ਦੇ ਨਾਲ, ਜਿਵੇਂ ਕਿ ਇਹ ਪਹਿਲਾਂ ਵੀ ਨਸ਼ਾ ਵਿਰੋਧੀ ਮੁਹਿੰਮ ਇਹਨਾਂ ਨੇ ਚਲਾਈ ਆ ਕਿ ਸਾਡੇ ਪਿੰਡ ਇੱਕ ਤੰਬਾਕੂ ਦੀ ਪੁੜੀ ਮਿਲਣੀ ਵੀ ਔਖੀ ਹੋ ਗਈ ਸੀ, ਉਹਦੇ 'ਤੇ ਕਰਕੇ ਇਹਨਾਂ ਨੇ ਇਹ ਹੌਲੀ ਹੌਲੀ ਕਰਕੇ ਸਾਡੇ 'ਤੇ ਪਰਚੇ ਪਾਉਂਦੇ ਰਹੇ ਆ, ਹੁਣ ਅੰਮ੍ਰਿਤਪਾਲ ਦੇ ਨਾਲ ਵੀ ਤਾਂ ਹੀ ਜੁੜੇ ਕਿ ਉਹ ਨਸ਼ੇ ਜਿਹੜੇ ਬੰਦ ਕਰਾ ਰਹੇ ਸੀ।